चाह जी जी सत श्रीकाल जी थोनू सारे नू थोनू की लगता भी कंटीन खोल ली ना 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 वीरे कंटीन नहीं खोली सो प्रोग्राम का नाम ही कंटीनी मंडीर है सो अज आप चाह बेच रहे हैं बिस्कुट बेच रहे हैं बहुत स्वाद आ रहा जी तो अज मैं खड़ा जी सरस्वती ग्रुप ऑफ कॉलेजेस जिहड़ा कि घड़ूआं दे विच पैंदा है तो बहुत सोहना ग्राउंड है जी पिछे देखो मुंडे भी खड़े है तो चाह आप बेच दी है बिस्कुट भी खवाते हैं हुण खवा पिया तां लिया इन्हां नू हुण आप गल्लां बातां भी करिए है कि नहीं चलिए फिर आ जाओ फिर सत श्रीकाल जी है जी नमस्ते अच्छा नमस्ते आले ਤੁਸੀਂ ਹੋਰ ਕੀ ਹਾਲ ਚਾਲ ਜੀ ਹਾਂਜੀ ਕਿੱਥੋਂ ਬਿਲੋਂਗ ਕਰਦੇ ਹੋ ਜੀ ਐਚਪੀ ਹਾਂਜੀ ਐਚਪੀ ਹਿਮਾਚਲ ਪ੍ਰਦੇਸ਼ ਪੂਰਾ ਬੋਲੋ ਨਾ ਜੀ ਸਮਝ ਤਾਂ ਆ ਗਿਆ ਨਾ ਨਹੀਂ ਸਮਝ ਨਹੀਂ ਤੁਸੀਂ ਸ਼ਾਰਟ ਫਾਰਮ ਆ ਜਾ ਗਏ ਜੀ ਹੁਣ ਤਾਂ ਟੇਕ ਕੇਅਰ ਨੂੰ ਵੀ ਟੀਸੀ ਕਰ ਦਿੰਦੇ ਹੋ ਜੀ ਹਾਂਜੀ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਹਾਂ ਹੁਣ ਵਧੀਆ ਦੇਖੋ ਜੀ ਕਿੰਨਾ ਸੋਹਣਾ ਦੇਖੋ ਸਰਮਾ ਪਾਇਆ ਹੈ ਸੂਟ ਪਾਇਆ ਹੈ ਆ ਚਪਲਾਂ ਬਾਥਰੂਮ ਵਾਲੀਆਂ ਪਾਏ ਜੀ ਮੈਂ ਨਾ ਹੌਸਲਰ ਹੂੰ ਤਾਂ ਮੈਂ ਨਸਲੀ हिमाचल तो फिर इतने पढ़ना गए जी हाँ जी उत्थे क्यों नहीं पढ़े जी ठंडा मौसम है बढ़िया पहाड़ है जी सारा पंजाब उधर नु जांदा है गर्मी नहीं होती यहां पे गर्मी है तो गर्मी अच्छा तुसी गर्मी सेकना आए हो इत्थे स्पेशल फिर बाहर धुप्पे बैठ फिर हैं नाले गर्मी लैन आंदे धूप में जाके काले हो जाते हैं धूप में जाके काले हो जाते हैं अच्छा चाय पीना नहीं होते काले चाय मैंने पी नहीं अच्छा 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 ऊं ही रखी है बहुत बढ़िया सत श्री अकाल जी सत श्री अकाल जी की हाल चाल जी बढ़िया जी ए तू किधर नाल खड़ा यार ए तंग नहीं करदी हां जी मैं तो इधर खड़ा मुंडे कोलो तो वैसे खड़ी सी अच्छा अच्छा मुंडे कोल खड़ा तू ठीक है जी ते होर शौक कादे भाई शौक आपा नु सिंगिंग दा जी गीत गाउण दा सुनाओ जी फिर गल सुन ले शायद दिए पुड़िए नी तैनु हुस्न कहर दा चढ़िया ए ਇਹ ਹੁਸਨ ਵਾਲੇ ਹੀ ਠੱਗਦੇ ਨੇ ਮੈਂ ਵਿੱਚ ਕਿਤਾਬਾਂ ਪੜਿਆ ਤੇਰੇ ਮਗਰ ਆਉਣ ਨੂੰ ਕੀ ਜਾਂਦਾ ਮੈਂ ਵੀ ਪੰਜ ਸੱਤ ਗੇੜੇ ਲਾ ਦੇਵਾਂ ਤੂੰ ਹਾਂ ਵੀ ਆਪੇ ਕਹਿ ਦੇਣੀ ਜੇ ਮੈਂ ਦਿਲ ਦੀਆਂ ਖੋਲ ਸੁਣਾ ਦੇਵਾਂ ਬਸ ਸੂਰਤ ਵੇਖ ਕੇ ਡਰਦਾ ਹਾਂ ਪਰ ਦਿਲ ਥੋੜਾ ਜਿਹਾ ਅੜਿਆ ਏ ਗੱਲ ਸੁਣ ਲੈ ਖੈਰ ਦੀਏ ਤੈਨੂੰ ਹੁਸਨ ਕਹਿਰ ਦਾ ਚੜਿਆ ਏ ਬਹੁਤ ਵਧੀਆ ਬਹੁਤ ਵਧੀਆ ਘਰੇ ਵੀ ਮੇਜ ਤੇ ਬਹਿ ਨਹੀਂ ਹਾਂਜੀ ਕੁਰਸੀਆਂ ਡਾਈਆਂ ਕੁਰਸੀਆਂ ਤੇ ਬੈਠੋ ਜੀ ਕੋਈ ਨਹੀਂ ਐਕਸਟਰਾ ਹੈ ਨਹੀਂ ਐਕਸਟਰਾ ਦੇਖੋ ਸਾਰੀਆਂ ਕੁੜੀਆਂ ਖੜੀਆਂ ਤੂੰ ਇਕੱਲੀ ਬੈਠੀ ਐ ਫਿਰ ਕੀ ਹੋ ਗਿਆ ਵਧੀਆ ਸਪੈਸ਼ਲ ਦਿਖਣਾ ਚਾਹੀਦਾ ਨਾ ਅੱਛਾ ਸਪੈਸ਼ਲ ਦਿਖਣਾ ਚਾਹੀਦਾ ਠੀਕ ਹੈ ਇੱਕ ਰੈਂਪ ਵਾਕ ਕਰੀਏ ਫਿਰ ਆਪਾਂ ਸਪੈਸ਼ਲ ਦਿਖਾਂਗੇ ਚਲੋ मेरा सूट गलत सीता गया जी मैं कुड़ी हां ठीक है हरप्रीत चले जाओ जी अजकल गुड्डियां ज्यादा फैशन कर दी जवाना नालों अच्छा फिर तू बुड्ढे बड़े होके होर फैशन करेंगी नहीं जी सत श्री अकाल जी सत श्री अकाल जी एहो जी डीजे ते नचदी हुंदी है डीजे ते गाना लगा हुंदा तैनू सोहणिया फीम दी वर्गी नू रखू चांदी दी डब्बे च पा के एहो
ਲਓ ਜੀ ਚਾਂਦੀ ਦੀ ਡੱਬੀ ਛੱਡੋ ਕਣਕ ਵਾਲੇ ਢੋਜਰੀ ਪਟਾਉਂਦੀ ਹੋਰ ਸੁਣਾਓ ਵਧੀਆ ਤੁਸੀਂ ਸੁਣਾਓ ਬਾ ਵਧੀਆ ਵਧੀਆ ਕਿੱਥੋਂ ਬਿਲੋਂਗ ਕਰਦੇ ਹੋ ਮਰਿੰਡੇ ਤੋਂ ਮਰਿੰਡੇ ਤੋਂ ਸ਼ੌਂਕ ਕੀ ਹੈ ਤੁਹਾਡੇ ਹੌਬੀਜ਼ ਡਰਾਈਵਿੰਗ ਡਰਾਈਵਿੰਗ ਸਪੋਰਟ ਕਰੋ ਥੋੜੀ ਤੋਂ ਗੱਡੀ ਵੱਜ ਗਈ ਤੁਹਾਡੀ ਗਲਤੀ ਹੈ ਬਹੁਤ ਭੀੜ ਇਕੱਠੀ ਹੋ ਗਈ ਤੁਸੀਂ ਮੇਰੇ ਤੇ ਇਲਜ਼ਾਮ ਪਾ ਰਹੇ ਹੋ ਵੀ ਨਹੀਂ ਗਲਤੀ ਤੇਰੀ ਹੈ ਤੂੰ ਇਹ ਹੈ ਤੂੰ ਉਹ ਹੈ ਠੀਕ ਹੈ ਖਾ ਤੈਨੂੰ ਦੱਸਦਾ ਨਹੀਂ ਤੂੰ ਕਿੱਦਾਂ ਗੱਡੀ ਚਲਾਉਂਦਾ ਵੇ ਆ ਹਾਂ ਫੋਨ ਛੱਡ ਦੇ ਆਪਣਾ ਉਹ ਮੋਟੋ ਜੀ ਤੇਰੀ ਦੇ ਨਾਲ ਲੱਗਾ ਮਾਰਿਆ ਦੂਆ ਮੈਂ ਮਾਰਿਆ ਮੋਟੋ ਨਹੀਂ ਕਹਿਣਾ ਮੈਂ ਆਪਣੇ ਘਰ ਦੇ ਨਾਲ ਖਾਦੀ ਤੇਰਾ ਕੁਝ ਨਹੀਂ ਖਾਦੀ ਉਹ ਖਾਂਦੀ ਤਾਂ ਜਿੱਦਾਂ ਮਰਜ਼ੀ ਖਾ ਗੱਡੀ ਕਿਉਂ ਮਾਰੀ ਮੇਰੇ ਚ ਕੋਈ ਨਹੀਂ ਜਾ ਕੇ ਆਪਣੇ ਬਾਪੂ ਨੂੰ ਕਹਿ ਰਹੀ ਬਥੇਰੀ ਜ਼ਮੀਨ ਹੁੰਦੀ ਤੁਹਾਡਾ ਕੋਲ ਠੀਕ ਹੋ ਜਾ ਤੁਹਾਡਾ ਕੀ ਮੁੜਨਾ ਉਧਰ ਨੂੰ ਇੰਡੀਕੇਟਰ ਇਧਰ ਦਿੱਤਾ ਹੂੰ ਇੱਧਰ ਕੀ ਇੰਡੀਕੇਟਰ ਇੱਧਰ ਨੂੰ ਦਿੱਤਾ ਤੈਨੂੰ ਦਿੱਸਦਾ ਨਹੀਂ ਪਿਆ ਦਿੱਸਦਾ ਕੀ ਦੋਵੇਂ ਬਾਹਰ ਰੱਖੀਏ ਦੱਸ ਪਾਰਕਿੰਗ ਲੇਟ ਚਲਾ ਰੱਖੀ ਤੂੰ ਤਾਂ ਮੈਂ ਹੀ ਲਗਾਈ ਹੋਈ ਅੱਖਾਂ ਕੋਲ ਆ ਕਹਿ ਦਾ ਘਰੇ ਲੜਦੀ ਹੁੰਨੀ ਤੂੰ ਹਣਾ ਲੜਦੀ ਹੈ ਨਾ ਪਤਾ ਲੱਗਦਾ ਲੱਗ ਗਿਆ ਪਤਾ ਕਿ ਲੜਦੀ ਹੈ ਜਿਹੜਾ ਵਿਆਹ ਗਿਆ ਉਹਦਾ ਕੀ ਹਾਲ ਹੋਊਗਾ ਉਹਦੇ ਨਾਲ ਨਹੀਂ ਲੜਦੀ ਉਹਦੇ ਨਾਲ ਨਹੀਂ ਲੜਦੀ ਮੈਂ ਤੂੰ ਮੈਂ ਲੱਗਦਾ ਐਂ ਹੀ ਰੱਖਣਾ ਬਸ ਉਹਦੀ ਧੌਣ ਤੇ ਐਂ ਬਹੁਤ ਵਧੀਆ ਲੱਗਿਆ ਗੱਲ ਕਰਕੇ ਥੈਂਕ ਯੂ ਸੋ ਮਚ ਹਾਂਜੀ ਕਿੱਦਾਂ ਜੀ ਠੀਕ ਹੈ ਮੈਂ ਸ਼ੌਂਕ ਕਰਦੇ ਜੀ ਪੇਂਟਿੰਗ ਡਾਂਸਿੰਗ ਸਿੰਗਿੰਗ ਡਾਂਸਿੰਗ ਨੱਚ ਕੇ ਦਿਖਾਉਂਗੇ ਮੈਂ ਸਿਖਾ ਸਕਦੀ ਹਾਂ ਮੈਂ ਕਰ ਹਾਂ ਸਿਖਾਓ ਮੈਨੂੰ ਸਿਖਾਓ ਕਰੀ 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 ਮਾਮਾ ਜੀ ਕਰੀ ਕਰੀ ਕੋਰ ਬਹੁਤ ਵਧੀਆ ਵਾਰਦੀ ਯਾਰ ਤੂੰ ਬਹੁਤ ਕਰੀ 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 ਰਾਮਦਾਸ Ram, I need that pizza, non-veg, chicken wala. Khila do please. No, I don't like non-pizza, non-veg. But I... Non-veg. Arre, tum English ka bolne lag pade? Arre, tum to lallu se the, yaar. Arre, kamal kar di, Ram. Bade natkat ho gaye. Khila de na mera cute sa chota hathi. No, baby. Main papa ko keh ke aayi thi ki, Ram ke paas ja rahi hu. अरे राम तुम मुझे ऐसे ही भगा दोगे आप तो खा कर देखो ये क्या किया हुआ है अपनी तो तुमने टुन निकाली हुई है सत्या जी सत्याकाल की हाल चाल जी बढ़िया है आप बताओ अच्छा आप हिंदी में शुरू हो गए हैं मैं हिंदी बोलती हूँ हमारी हिंदी तो थोड़ी गब्बी है कोई बात नहीं चलेगा पर फिर मैं हिंदी बोलता हूँ कोई चक्कर नहीं है ना नहीं मैं समझ लूंगी इदा अभी तुसी थोनू पैसे की लोड़ पेगी ਸਪੋਜ਼ ਕਰੋ ਹਨਾ ਜੀ ਤੁਹਾਡੀ ਪਾਕਟ ਮਨੀ ਜਿਹੜੀ ਸੀਗੀ ਉਹ ਖਰਚ ਹੋ ਗਈ ਅਤੇ ਪਹਿਲਾਂ ਵੀ ਤੁਸੀਂ ਕਾਫੀ ਖਰਚੇ ਕਰਵਾ ਰਹੇ ਹੋ ਆਪਣੇ ਫਰੈਂਡ ਦੇ ਹੁਣ ਤੁਸੀਂ ਫਿਰ ਫਰੈਂਡ ਨੂੰ ਫੋਨ ਕਰਨਾ ਵੀ ਔਰ ਪੈਸੇ ਚਾਹੀਏ ਮੇਰੇ ਤੋਂ ਪੂਰਾ ਜ਼ੋਰ ਲਾ ਲੈਣਾ ਕੋਈ ਚੱਕਰ ਨਹੀਂ ਠੀਕ ਹੈ ਜੀ ਇਹ ਤਾਂ ਫਿਰ ਫੋਨ ਆ ਗਿਆ ਇਹ ਪੈਸੇ ਦੇਣੇ ਹੋਣੇ ਮੈਨੂੰ ਲੱਗਦਾ ਨੇ ਪੁਰਾਣੇ ਪੈਸੇ ਦੇਣੇ ਹੋਣੇ ਹੈ ਹੈਲੋ ਹਾਂਜੀ ਐਕਚੁਅਲੀ ਨਾ ਮੇਰੇ ਪਾਸ ਨਾ ਤੂੰ ਆਰਾਮ ਨਾਲ ਦੇ ਦੀ ਪੈਸੇ ਕੋਈ ਚੱਕਰ ਨਹੀਂ ਮੈਂ ਤੁਹਾਨੂੰ ਯਾਦ ਦਿਲਾਉਣਾ ਥਾ ਕਿ ਤੁਮਨੇ ਮੈਨੂੰ ਪੈਸੇ ਦੇਣੇ ਥੇ ਨਾ ਅਰਾਊਂਡ 5000 ਫੇਰ ਦੇਣੇ ਪੈਸੇ ਮੈਂ ਨਹੀਂ ਮੈਂ ਤੁਮਕੋ ਯਾਦ ਦਿਲਾ ਰਹੀ ਹੂੰ ਕਿ ਤੁਮਨੇ ਮੇਰੇ ਦੇਣੇ ਥੇ ਤੁਮਨੇ ਲੀਏ ਥੇ ਨਾ ਪਿਛਲੇ ਸਾਲ ਯਾਰ ਤੂੰ ਪਰਸੋਂ ਮੇਰੇ ਤੋਂ 4000 ਰੁਪਏ ਲਿਆ ਘੋੜੇ ਦੀ ਪੂਛ ਭਰ ਕੇ ਤੂੰ ਬਾਲ ਕਰਾਏ ਹੈ ਹੈ ਤੂੰ ਮੇਰੇ ਉਹ ਦੇ ਜੇ ਪਹਿਲਾਂ ਉਹ ਤੋਂ ਉਸਸੇ ਪਿਛਲੇ ਸਾਲ ਬਟ ਜੋ ਪਿਛਲੇ ਸਾਲ ਤੁਮਨੇ ਸ਼ਾਪਿੰਗ ਕਰੀ ਥੀ ਨਾ ਉਸਕੇ ਮੰਗ ਰਹੀ ਹੂੰ ਇਸ ਟਾਈਮ ਮੈਨੂੰ ਚਾਹੀਏ ਹੈ ਹੈਲੋ ਹਾਂ ਸੁਣ ਰਹੇ ਹੋ ਆਪ ਕਿਉਂ ਸੁਨੇਗਾ ਭੋਲੀ ਗੱਲ ਸੁਣ ਮੇਰੀ ਬਾਤ ਸੁਣ ਬੋਲੀ ਮੈਂ ਤੇਰੇ ਤੋਂ ਪੈਸੇ ਲੈਣੇ ਹੈ ਅਰੇ ਨਹੀਂ ਯਾਰ ਯਾਦ ਕਰੋ ਆਪਨੇ ਲੈਣੇ ਹੈ ਸੋਰੀ ਆਪਨੇ ਦੇਣੇ ਹੈ ਉਹ ਮੈਂ ਯਹੀ ਤੋਂ ਕਹਿ ਰਹਾ ਹੂੰ ਬੋਲੀ ਮੇਰੇ ਪੈਸੇ ਲੈਣੇ ਹੈ ਤੂੰ ਆਰਾਮ ਸੇ ਮੈਂ ਅਕਾਊਂਟ ਨੰਬਰ ਆਪਕੋ WhatsApp ਕਰ ਦੇਤਾ ਹੂੰ ਆਪ ਮੁਝੇ ਦੇ ਦੇਣਾ ਥੈਂਕ ਯੂ ਬੋਲੀ ਥੈਂਕ ਯੂ ਟੇਕ ਕੇਅਰ ਬੋਲੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੋਲਣਾ ਹਿਲਦੇ ਬਿੱਲੋ ਦੇ ਬਿੱਲੀਆਂ ਅੱਖੀਆਂ ਬੋਲਦੀਆਂ ਕੀ ਹਾਲ ਚਾਲ ਜੀ ਵਧੀਆ ਤੁਸੀਂ ਸੁਣਾਓ ਵਧੀਆ ਕੀ ਨਾਮ ਤੁਹਾਡਾ ਕੰਗਨਾ ਨਵਾਂ ਬਹੁਤ ਸੋਹਣਾ ਰੱਖਿਆ ਕਿਹਨੇ ਰੱਖਿਆ ਥੈਂਕ ਯੂ ਮੰਮਾ ਨੇ
ठीक है आहो डैडी थोड़ी रखू जरा कंगना मम्मी का शिंगार है कंगना मम्मी रखू जी तो होता कोई हाँ बोलियां पाओ जी बच्चे ढोल की नगारा वे पिपड़ी दे चैंपियन जिदिया निक्की निक्की डोलियां एक आप कड़ी जी जमा ही स्लिम जी सुकी जी कुड़ी इतने खड़ो जी इतने हूं लड़ाई होगी शब्दों नाल ਦਿਨ ਕਲਾਸ ਚ ਕੀ ਕਹਿੰਦੀ ਸੀ ਮੈਨੂੰ ਮੈਂ ਕਿਆ ਕਹਿਦਾ ਤੈਨੂੰ ਯਾਦ ਹੋਣਾ ਤੈਨੂੰ ਭੁੱਲ ਗਈ ਉਹ ਐਨਾ ਪਲਾ ਕੱਟ ਲੱਗਦੇ ਨਹੀਂ ਤੁਸੀਂ ਛੋਟੀ ਹੁੰਦੀ ਨੇ ਮੰਮੀ ਤੋਂ ਬੋਰਨਵੀਟਾ ਪਲਾਣਾ ਭੁੱਲ ਗਈ ਸੀ ਉਹ ਪਤਾ ਲੱਗਦਾ ਹੈ ਨਾ ਹੈਲਥ ਤੋਂ ਪਤਾ ਲੱਗਦਾ ਹੈ ਵੀ ਹਾਂ ਮੈਂ ਤੂੰ ਹੀ ਪੀਆ ਕਰ ਤੂੰ ਹੀ ਮੇਰੇ ਵਰਗੀ ਬਣ ਜੇਗੀ ਜੇ ਤੇਰੀ ਨਹੀਂ ਮੰਮੀ ਪਲਾਂਦੀ ਤਾਂ ਤੂੰ ਮੇਰੇ ਘਰੇ ਆ ਜਾ ਫਿਰ ਮੈਂ ਗੱਲ ਕਰਦਾ ਪਲਾਂਦੀ ਅਸੀਂ ਦਿਖਾਉਂਦੇ ਨਹੀਂ ਅਸੀਂ ਦਿਖਾਉਂਦੇ ਨਹੀਂ ਜ਼ੀਰੋ ਫਿਕਰ ਲੱਗਦੀ ਹੈ ਹਵਾ ਹਵਾ ਹੀ ਨਾ ਉੱਡ ਜਾਂਦੀ ਹੁੰਦੀ ਹੈ मुझे ये बताओ कि कौन कौन से टीचर आपको पढ़ाते हैं फेवरेट टीचर हरप्रीत मैम जगदीप मैम क्या भूल गया था इतना डफर है तुम लोग ना पढ़ना तुमको आता नहीं बस प्रभजोत कौर कितों बिलोंग करते हो जी चंडीगढ़ तो चंडीगढ़ तो ठीक है एक की चीज है जी मैं इयररिंग्स कान के हिसाब से पाया करो जी खासे बड़े लवा रखे जी हाँ जी आजकल फैशन है ना इस करके अच्छा फिर पूरा कान रख लो जी कोई चक्कर नहीं
फन कर लिया, डांस भी थोनू दिखाते, बोलियां भी पाइया, टप्पे भी पाए टीचर्स ने, ते अज रस्सा दिखाया। ते मैं ये गेम सोची भी एक पासे टीचर्स होणगे, एक पासे होणगे टीचर्स ते एक पासे कुड़ियां होणगियां, अठ टीचर्स होणगे, अठ कुड़ियां होणगियां, इन्हां दे विच मुकाबला होगा रस्सा कस्सी का। सो ठीक है ना जी, मुकाबला वधिया है। सो देखते हैं जी किहदे विच वध जोर है। एक पासे मैडमां, एक पासे कुड़ियां, देखते हैं भी बनता किदा कलहरी मोर है। रस्सा कसी का मुकाबला, तीन दो एक। चलो जी, जिन्हें जेडे जित गए ने इधर खड़े ने, बहुत जोर लाया जी, तुम आ खाओ जी अपनी चॉकलेटा। थैंक यू थैंक यू थैंक यू थैंक यू थैंक यू। सो वैसे दोवें जित गए जी, अपने लिए दोनों ताड़ियां, दोनों टीमों लिए ताड़ियां। तो हुण मैं तुहानू दसदा भी डांस जी जिहड़े पहलां देखे सीगे ओह होर सीगे, ते हुण इक भंगड़ा रह गया जी साडा अखीर दे विच। सो रस्सा कसी मुकाबले तो बाद इत्थों दे स्टूडेंट्स दा असीं देखदे हां जी भंगड़ा। सो लो जी, पहला स्पेशल डिमांड ते गिद्धा।